ਹੈਲੋ ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਈਟਟੀ 994 ਜਿਹੜੀ ਪ੍ਰਤੀ ਹੈਗੀ ਆ ਠੀਕ ਆ ਇਹਦਾ ਤੁਹਾਨੂੰ ਪਤਾ ਕੋਰਟ ਕੇਸ ਚੱਲ ਰਿਹਾ ਹੈ ਤਾਂ ਡਿਪਾਰਟਮੈਂਟ ਦੇ ਵੱਲੋਂ ਇਹ ਕਹ ਆ ਜਾ ਚੁੱਕਿਆ ਹੈ ਕਿ ਜਿੰਨੀ ਦੇਰ ਤੱਕ ਕੋਰਟ ਕੇਸ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਤਾਂ ਉਨੀ ਦੇਰ ਤੱਕ ਜਿਹੜਾ ਅੱਗੇ ਪ੍ਰਤੀ ਨੂੰ ਸਿਰੇ ਨਹੀਂ ਚੜਾਇਆ ਜਾ ਸਕਦਾ ਯਾਨੀ ਕਿ ਕੋਈ ਅਪਡੇਟ ਜਾਂ ਆਪਾਂ ਨੂੰ ਜਿਹੜੀ ਦੇਖਣ ਨੂੰ ਨਹੀਂ ਮਿਲੇਗੀ ਡਿਪਾਰਟਮੈਂਟ ਦੇ ਵੱਲੋਂ ਤੁਹਾਨੂੰ ਪਤਾ ਹੈ ਇਹਦੀ ਸਕਰੂਟੀ ਵੀ ਹੋ ਚੁੱਕੀ ਹੈ 994 ਦੀ ਯਾਨੀ ਕਿ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਵੀ ਬੱਚੇ ਬੁਲਾਏ ਗਏ ਸੀ ਤਾਂ ਉਹਨਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਬੱਚੇ ਹੀ ਵੇਟ ਵਿੱਚ ਆਣ ਕਿ ਆਖਿਰਕਾਰ ਜਿਹੜੀ ਪਰਤੀ ਹੈ ਇਸ ਨੂੰ ਕਦੋਂ ਕੰਪਲੀਟ ਕੀਤਾ ਜਾਵੇਗਾ ਬਟ ਤੁਹਾਨੂੰ ਇਹ ਵੀ ਪਤਾ ਹੈ ਕਿ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਤਾਂ ਜਦੋਂ ਵੀ ਕੋਈ ਪਰਤੀ ਕੋਰਟ ਕੇਸ ਦੇ ਵਿੱਚ ਆ ਜਾਂਦੀ ਹੈ ਯਾਨੀ ਕਿ ਕੋਈ ਪਰਤੀ ਦੇ ਉੱਪਰ ਕੋਰਟ ਕੇਸ ਲੱਗ ਜਾਂਦਾ ਹੈ ਤਾਂ ਉਹ ਜਿਹੜੀ ਪਰਤੀ ਹੈ ਜਲਦੀ ਕੰਪਲੀਟ ਨਹੀਂ ਹੁੰਦੀ ਇਹ ਤੁਹਾਨੂੰ ਪਤਾ ਹੋਵੇਗਾ ਜਿੱਦਾਂ ਕਿ 2366 ਜਿਹੜੀ ਪਰਤੀ ਹੈ 8TT ਦੀ ਤਾਂ ਉਹ ਵੀ ਕੋਰਟ ਦੇ ਵਿੱਚ ਰੋਲ ਰਹੀ ਹੈ ਇਤਾਂ ਜਿਹੜੀ ਪਰਤੀ ਹੈ ਇਹ ਵੀ ਰੋਲ ਸਕਦੀ ਹੈ ਜੇਕਰ ਆਪਾਂ ਇਹਦਾ ਸੋਲੂਸ਼ਨ ਨਹੀਂ ਕਰਦੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਹ ਜਿਹੜੀ ਪਰਤੀ ਹੈ ਇਸ ਨੂੰ ਕਿੱਦਾਂ ਕੰਪਲੀਟ ਕਰਵਾਇਆ ਜਾ ਸਕਦਾ ਹੈ ਐਂਡ ਇਹ ਜਿਹੜੀ ਪਰਤੀ ਹੈ ਕਦੋਂ ਤੱਕ ਕੰਪਲੀਟ ਹੋਣ ਦੀ ਪੋਸੀਬਿਲਿਟੀ ਰਹਿ ਸਕਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਠੀਕ ਹੈ ਵੀਡੀਓ ਨੂੰ ਐਂਡ ਤੱਕ ਸੁਣਨਾ ਤਾਂ ਜੋ ਤੁਸੀਂ ਸਹੀ ਇਨਫੋਰਮੇਸ਼ਨ ਠੀਕ ਹੈ ਲੈ ਸਕੋ ਇਸ ਤੋਂ ਇਲਾਵਾ ਰੇਕ ਅਪਡੇਟਸ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਜ਼ਰੂਰ ਕਰਨਾ ਹੈ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲ ਸਕੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਪ੍ਰਤੀ ਦੀ 9594 ਜਿਹੜੀ ਪ੍ਰਤੀ ਹੈਗੀ ਆ ਕਾਫੀ ਟਾਈਮ ਹੋ ਚੁੱਕਿਆ ਹੈ ਲਗਭਗ ਜਿਹੜਾ ਇੱਕ ਸਾਲ ਹੋ ਚੁੱਕਿਆ ਹੈ ਮਾਰਚ ਦੇ ਵਿੱਚ ਪੇਪਰ ਹੁੰਦਾ ਉਸ ਤੋਂ ਬਾਅਦ ਇਸ ਦਾ ਰਿਜ਼ਲਟ ਜਾਰੀ ਕੀਤਾ ਜਾਂਦਾ ਐਂਡ ਨਾਲ ਦੀ ਨਾਲ ਜਿਹੜੀ ਹੈ ਸਟੀਲ ਡਾਕੂਮੈਂਟਸ ਵੈਰੀਫਿਕੇਸ਼ਨ ਵੀ ਕਰਵਾ ਲਈ ਜਾਂਦੀ ਹੈ ਤਾਂ ਇੱਥੋਂ ਇੱਕ ਇਹ ਵੀ ਆਈਡੀਆ ਲੱਗਦਾ ਕਿ ਇਹ ਜਿਹੜੀ ਪ੍ਰਤੀ ਆ ਕੰਪਲੀਟ ਹੋਣੀ ਸੀ ਬਟ ਕੋਟ ਕੇਸ ਰਗਣ ਦੇ ਕਾਰਨ ਜਿਹੜਾ ਇਹ ਜਿਹੜੀ ਪ੍ਰਕਿਰਤੀ ਹੋਰ ਡਿਲੇ ਹੋ ਰਹੀ ਆ ਇਹ ਤੁਹਾਨੂੰ ਪਤਾ ਲੱਗਿਆ ਹੋਵੇਗਾ ਤਾਂ ਇਹਦੇ ਵਿੱਚ ਆਪਾਂ ਕੁਝ ਬੱਚਾਂ ਦਾ ਕਸੂਰ ਵੀ ਕਹਿ ਸਕਦੇ ਆ ਕਸੂਰ ਕਿੱਦਾਂ ਕਹਿ ਸਕਦੇ ਆ ਯਾਨੀ ਕਿ ਜਿਨ੍ਹਾਂ ਦੇ ਵੱਲੋਂ ਇਹ ਕੇਸ ਲਗਾਇਆ ਜਾਂਦਾ ਠੀਕ ਹੈ ਚਾਹੇ ਨੰਬਰਾਂ ਦੇ ਰਿਗਾਰਡਿੰਗ ਹੋਵੇ ਕੇਸ ਚਾਹੇ ਕੋਈ ਵੀ ਹੋਰ ਜਿਹੜਾ ਕੰਡੀਸ਼ਨ ਦੇ ਰਿਗਾਰਡਿੰਗ ਕੇਸ ਹੁੰਦਾ ਹੈ ਤਾਂ ਇਹਦੇ ਵਿੱਚ ਉਹਨਾਂ ਬੱਚਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਹੜੇ ਬੱਚੇ ਕਾਫੀ ਮਿਹਨਤ ਕਰਕੇ ਅੱਗੇ ਆਉਂਦੇ ਨੇ ਬਟ ਉਹਨਾਂ ਨੂੰ ਵੀ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਯਾਨੀ ਕਿ ਇਹ ਜਿਹੜੀ ਪਰਤੀਆਂ ਨੇ ਦੇਖਣਾ ਪੈਂਦਾ ਕਿ ਕਦੋਂ ਕੰਪਲੀਟ ਹੋਵੇਗੀ ਠੀਕ ਹੈ ਇਹਦੇ ਵਿੱਚ ਆਪਾਂ ਕੁਝ ਬੱਚਿਆਂ ਦਾ ਕਸੂਰ ਵੀ کہہ ਸਕਦੇ ਹਾਂ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 11 ਅਕਤੂਬਰ ਨੂੰ ਪੱਕਾ ਮੋਰਚਾ ਹੈਗਾ ਸਿੱਖਿਆ ਮੰਤਰੀ ਦੇ ਪਿੰਡ ਤਾਂ ਇਹੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕਿ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਹਿੱਸਾ ਲੈਣਾ ਤਾਂ ਜੋ ਇਹ ਜਿਹੜੀ ਪਰਤੀਆਂ ਜਲਦੀ ਕੰਪਲੀਟ ਕਰਵਾਈ ਜਾ ਸਕੇ ਠੀਕ ਹੈ ਜੇਕਰ ਕੰਪਲੀਟ ਨਹੀਂ ਕਰਾਉਣੀ ਤਾਂ ਫਿਰ ਤੁਹਾਡੀ ਇੱਛਾ ਹੈਗੀ ਹੈ ਜੇਕਰ ਕੰਪਲੀਟ ਜਲਦੀ ਕਰਾਉਣੀ 9594% 2364 ਤਰ੍ਹਾਂ ਕੋਰਟ ਦੇ ਵਿੱਚ ਨਹੀਂ ਰੁਲਣੀ ਤਾਂ ਤੁਸੀਂ ਵੱਧ ਤੋਂ ਵੱਧ ਹਿੱਸਾ ਲੈਣਾ ਹੈ ਠੀਕ ਹੈ ਜਿੰਨੇ ਵੀ ਵਿਦਿਆਰਥੀ ਆਗੇ ਨੇ ਹੋ ਸਕਦਾ ਹੈ ਹੋ ਸਕੇ ਤਾਂ ਉਹ ਵੀ ਵਿਦਿਆਰਥੀ ਹਿੱਸਾ ਲੈਣ ਜਿਹੜੇ ਆਉਣ ਵਾਲੇ ਟੈਸਟਾਂ ਦੀ ਤਿਆਰੀ ਕਰ ਰਹੇ ਨੇ ਯਾਨੀ ਕਿ ETT ਦੀ ਤਿਆਰੀ ਕਰ ਰਹੇ ਨੇ PTT ਕੈਟਰ ਦੀ PA ਸਟਾਟ ਦੀ ਤਾਂ ਉਹ ਵੀ ਵਿਦਿਆਰਥੀ ਇਹਨਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਕਿਉਂ ਲੈ ਸਕਦੇ ਨੇ ਕਿਉਂਕਿ ਅੱਗੇ ਉਹਨਾਂ ਨੂੰ ਜੜੀਆਂ ਨੇ ਪ੍ਰਤੀਆਂ ਜੜੀਆਂ ਆਊਟ ਹੋਣਗੀਆਂ ਤਾਂ ਉਹ ਫੋਟ ਵਿੱਚ ਤਾਂ ਨਾ ਰੁਣ ਠੀਕ ਹੈ ਇਹ ਨਾ ਦੇਖਣਾ ਪਵੇ ਤਾਂ ਇਹੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀਗੀ ਇਸ ਤੋਂ ਇਲਾਵਾ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਕੇ ਜਾਣਾ ਹੈ ਤਾਜੋ ਹਰੇਕ ਵਿਦਿਆਰਥੀ ਕੋਲ ਇਹ ਵੀਡੀਓ ਪਹੁੰਚ ਸਕੇ ਐਂਡ ਉਹਨੂੰ ਪਤਾ ਲੱਗ ਸਕੇ ਕਿ ਜਿਹੜੀ ਵਰਤਿਆ ਕਿਦਾਂ ਕੰਪਲੀਟ ਕਰਵਾਈ ਜਾ ਸਕਦੀ ਹੈ ਤੁਹਾਨੂੰ ਵੀ ਪਤਾ ਜਦੋਂ ਕੋਡ ਦੇ ਵਿੱਚ ਕੋਈ ਵਰਤੀ ਆ ਜਾਂਦੀ ਹੈ ਤਾਂ ਉਸ ਦਾ ਜਲਦੀ ਸੋਲੂਸ਼ਨ ਨਹੀਂ ਹੁੰਦਾ ਜੇਕਰ ਅੱਜ ਕੋਈ ਤਰੀਕ ਪੈਂਦੀ ਹੈ ਤਾਂ ਉਹਦੇ ਵਿੱਚ ਸੋਲੂਸ਼ਨ ਨਹੀਂ ਹੋਵੇਗਾ ਨੈਕਸਟ ਜਿਹੜੀ ਤਰੀਕ ਪੈ ਸਕਦੀ ਹੈ ਉਸ ਤੋਂ ਵੀ ਨੈਕਸਟ ਪੈ ਸਕਦੀ ਹੈ 2-3 ਸਾਲ ਤੱਕ ਜਾਂ ਡੇਟ 2 ਸਾਲ ਤੱਕ ਜਿਹੜੀ ਆ ਵਰਤੀ ਕੰਪਲੀਟ ਨਹੀਂ ਹੁੰਦੀ ਇਹ ਤੁਹਾਨੂੰ ਵੀ ਪਤਾ ਹੋਵੇਗਾ ਸਿੱਖਿਆ ਮੰਤਰੀ ਨੇ ਵੈਸੇ ਬਿਆਨ ਦਿੱਤਾ ਸੀਗਾ ਕਿ ਇਹ ਜਿਹੜੀ ਵਰਤੀ ਹੈ ਇਸ ਨੂੰ ਅਸੀਂ ਜਲਦੀ ਕੰਪਲੀਟ ਕਰਾਵਾਂਗੇ ਬਟ ਤੁਹਾਨੂੰ ਇਹ ਵੀ ਪਤਾ ਹੈ ਕਿ ਇਹਦਾ ਕੋਰਟ ਕੇਸ ਵੀ ਚੱਲ ਰਿਹਾ ਹੈ ਡਿਪਾਰਟਮੈਂਟ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਹਦਾ ਜਿਹੜਾ ਜਲਦੀ ਸੋਲੂਸ਼ਨ ਨਹੀਂ ਕਰਵਾਇਆ ਜਾ ਸਕਦਾ ਜਿੰਨੀ ਦੇਰ ਤੱਕ ਕੋਰਟ ਕੇਸ ਚੱਲ ਰਿਹਾ ਤਾਂ ਇਹ ਹੀ ਮਤਮ ਇੱਕ ਇਨਫਾਰਮੇਸ਼ਨ ਦੇਣੀ ਸੀਗੀ ਵੀਡੀਓ ਨੂੰ ਵੱਧ ਤੋਂ ਵੱਧ ਯਾਰ ਸ਼ੇਅਰ ਜ਼ਰੂਰ ਕਰਨਾ ਹੈ ਇਹਦੇ ਵਿੱਚ ਤੁਹਾਡਾ ਹੀ ਬੈਨੀਫਿਟ ਹੋਵੇਗਾ ਜਿੰਨੀ ਵੀ ਵੀਡੀਓ ਵੱਧ ਪਹੁੰਚੇਗੀ ਵਿਦਿਆਰਥੀਆਂ ਦੇ ਕੋਲ ਉਹਨਾਂ ਨੂੰ ਇਨਫਾਰਮੇਸ਼ਨ ਜਲਦੀ ਮਿਲੇਗੀ ਉਹਨਾਂ ਨੂੰ ਐਂਡ ਹੋ ਸਕੇ ਜਿਹੜੇ ਵਿਦਿਆਰਥੀ ਦਾ ਪੋਸਿਬਿਲਿਟੀ ਬਣ ਸਕਦੀ ਆਉਣ ਦੀ ਤਾਂ ਉਹ ਵਿਦਿਆਰਥੀ ਤਾਂ ਜ਼ਰੂਰੀ ਚਾਵੇ ਠੀਕ ਹੈ 11 ਅਕਤੂਬਰ ਨੂੰ ਠੀਕ ਹੈ 11 ਅਕਤੂਬਰ ਨੂੰ ਇਹਦੇ ਵਿੱਚ ਸਾ ਤੁਸੀ ਜ਼ਰੂਰ ਲੈਣਾ ਤਾਂ ਹੁਣ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ